ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖ्तार अंसारी ਪੰਜਾਬ ਚ ਕਿਵੇਂ ਪਹੁੰਚਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿੱਤੇ ਜਾਂਚ ਦੇ ਆਦੇਸ਼ ਕਿਹੜੇ ਜੇਲ੍ਹ ਵਿਭਾਗ ਦੇ ਅਧਿਕਾਰੀ ਕਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਿਹੜੇ ਸਨ ਕਾਂਗਰਸੀ ਸਿਆਸੀ ਆਗੂ ਜਿਨ੍ਹਾਂ ਦੇ ਕਰਕੇ ਮੁਖ्तार अंसारी ਪਹੁੰਚਿਆ ਹੀ ਪੰਜਾਬ ਹੁਣ ਸਾਰਿਆਂ ਦੇ ਉੱਪਰ ਲਟਕ ਗਈ ਹੈ ਤਲਵਾਰ ਮਖਤਾਰ ਅंसारी ਦੇ ਕੀ ਦਿੱਲੀ ਚ ਬੈਠੀ ਕਾਂਗਰਸ ਹਾਈ ਕਮਾਂਡ ਜਾਂ ਫਿਰ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕਿੰਨਾ ਦੇ ਨਾਲ ਸਨ ਰਸੂਕ ਉਹ ਹੁਣ ਸਾਰੇ ਜਾਜ ਦੇ ਵਿੱਚ ਕੀਤੇ ਜਾਣਗੇ ਤਲਬ ਜੂਪੀ ਪੁਲਿਸ ਨੂੰ ਮਖਤਾਰ ਅंसारी ਫਿਰ ਯੂਪੀ ਲਜਾਣ ਵਾਸਤੇ ਸੁਪਰੀਮ ਕੋਰਟ ਦਾ ਖੜਕਾਉਣਾ ਪਿਆ ਸੀ ਦਰਵਾਜ਼ਾ ਪੰਜਾਬ ਸਰਕਾਰ ਨੇ ਫਿਰ ਵੀ ਮਹਿੰਗੇ ਵਕੀਲ ਕੀਤੇ ਤੇ ਸਰਕਾਰੀ ਖਜ਼ਾਨੇ ਚੋਂ ਦਿੱਤੇ 55 ਲੱਖ ਰੁਪਏ ਤੁਸੀਂ ਦੇਖ ਰਹੇ ਹੋ ABC ਪੰਜਾਬ ਮੈਂ ਹਾ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ ਸੱਜ ਦਾ ਸਵਾਗਤ ਕਰਦੇ ਆਂ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਉੱਤਰ ਪ੍ਰਦੇਸ਼ ਦਾ ਬਹੁਤ ਹੀ ਵੱਡਾ ਗੈਂਗਸਟਰ ਬਦਮਾਸ਼ ਤੇ ਅਪਰਾਧਿਕ ਪਿਸ਼ੋਕੜ ਵਾਲਾ ਮਖ्तार ਅंसारी ਕਿਵੇਂ ਪੰਜਾਬ ਦੇ ਵਿੱਚ ਪਹੁੰਚਿਆ ਸੀ ਕਿਵੇਂ ਜੇਲ੍ਹ ਦੇ ਵਿੱਚ ਰਿਹਾ ਕਿੰਨੇ ਚਿਰ ਰਿਹਾ ਤੇ ਕਿਵੇਂ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਤੇ ਸਰਕਾਰ ਨੇ ਉਸ ਨੂੰ ਪੰਜਾਬ 'ਚ ਰੱਖਣ ਵਾਸਤੇ ਸੁਪਰੀਮ ਕੋਰਟ 'ਚ ਮਹਿੰਗੇ ਵਕੀਲ ਹਾਇਰ ਕਰਕੇ ਕਿਵੇਂ ਸਰਕਾਰੀ ਖਜ਼ਾਨੇ 'ਚੋਂ 55 ਲੱਖ ਰੁਪਇਆ ਫੀਸ ਦੇ ਤੌਰ ਤੇ ਦਿੱਤਾ ਇਹ ਹੁਣ ਇਹ ਸਾਰੇ ਮਸਲਿਆਂ ਦੀ ਜਾਂਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਨੇ ਜਿਹੜਾ ਪਿੱਛੇ ਵਿਧਾਨ ਸਭਾ اجلاس ਹੋਇਆ ਸੀ ਉਸ ਸਮੇਂ ਜਿਹੜੇ ਜੇਲ੍ਹ ਮੰਤਰੀ ਨੇ ਹਰਜੋਤ ਸਿੰਘ ਬੈਸ ਉਹਨਾਂ ਵੱਡਾ ਖੁਲਾਸਾ ਕੀਤਾ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿ ਪਿਛਲੀ ਸਰਕਾਰ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਤੇ ਮਖ्तार ਅंसारी ਜੋ ਉੱਤਰ ਪ੍ਰਦੇਸ਼ ਦਾ ਇੱਕ ਬਹੁਤ ਹੀ ਅਪਰਾਧਿਕ ਪਿਸ਼ੋਕੜ ਵਾਲਾ ਬਦਮਾਸ਼ ਆ ਉਹਨੂੰ ਪੰਜਾਬ 'ਚ ਰੱਖਿਆ ਗਿਆ ਰੋਪੜ ਦੀ ਜੇਲ੍ਹ 'ਚ ਰੱਖਿਆ ਗਿਆ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਉੱਤਰ ਪ੍ਰਦੇਸ਼ ਦੀ ਜੋਗੀ ਦਿੱਤਿਆ ਨਾਲ ਦੀ ਸਰਕਾਰ ਨੂੰ ਮੁਖ्तार ਅंसारी ਨੂੰ ਮੁੜ ਉੱਤਰ ਪ੍ਰਦੇਸ਼ ਲਜਾਉਣ ਵਾਸਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੁਪਰੀਮ ਕੋਰਟ ਦੇ ਵਿੱਚ ਲੰਮੀਆਂ ਤਰੀਕਾਂ ਚਲੀਆਂ ਪੰਜਾਬ ਸਰਕਾਰ ਉਸ ਸਮੇ ਮੁਖ्तार ਅंसारी ਨੂੰ ਫਿਰ ਪੰਜਾਬ ਚ ਰੱਖਣਾ ਚਾਹੁੰਦੀ ਸੀ ਤੇ ਮਹਿੰਗੇ ਵਕੀਲ ਕੀਤੇ ਗਏ ਤੇ ਸਰਕਾਰੀ ਖਜ਼ਾਨੇ ਚੋਂ 55 ਲੱਖ ਰੁਪਏ ਉਹਨਾਂ ਨੂੰ ਫੀਸ ਦਿੱਤੀ ਗਈ ਅਖੀਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਝਾੜਚੰਬ ਕੀਤੀ ਤੇ ਫਿਰ ਜਾ ਕੇ ਮਖ्तार ਅंसारी ਨੂੰ ਯੂਪੀ ਭੇਜਿਆ ਗਿਆ ਹੁਣ ਮਖ्तार ਅंसारी ਜਨਵਰੀ 2019 ਚ ਪੰਜਾਬ ਚ ਆ ਗਿਆ ਸੀ ਇੱਕ ਸੂਬੇ ਦਾ ਬਦਮਾਸ਼ ਗੈਂਗਸਟਰ ਜਾਂ ਉੱਥੋਂ ਦਾ ਜਿਹੜਾ ਅਪਰਾਧਿਕ ਪਿਸ਼ੋਕੜ ਵਾਲਾ ਕੋਈ ਵਿਅਕਤੀ ਜੇ ਦੂਜੇ ਸੂਬੇ ਚ ਜਾਂਦਾ ਤੇ ਪਹਿਲਾਂ ਉੱਥੇ ਕੇਸ ਦਰਜ ਹੋਣਾ ਚਾਹੀਦਾ ਤੇ ਮਖ्तार ਅंसारी ਨੂੰ ਪੰਜਾਬ ਚ ਲਿਜਾਣ ਲਿਆਉਣ ਵਾਸਤੇ ਇਥੇ ਇੱਕ ਬਿਲਡਰ ਕੋਲੋਂ ਸ਼ਿਕਾਇਤ ਕਰਵਾਈ ਗਈ ਇੱਕ ਮੁਕਦਮਾ ਦਰਜ ਕੀਤਾ ਗਿਆ ਤੇ ਫਿਰ ਉਹਨੂੰ ਰੋਪੜ ਲਿਆਂਦਾ ਗਿਆ ਇਹ ਵੀ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਬਜਟ ਜਲਾਸ ਦੌਰਾਨ ਖਲਾਸਾ ਕੀਤਾ ਕਿ ਇੱਕ ਫਰਜੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਉਹਦੀ ਵੀ ਜਾਂਚ ਹੋਏਗੀ ਤੇ ਕੌਣ ਕੌਣ ਲੋਕ ਇਸ ਸਕੀਮ ਦੇ ਵਿੱਚ ਰਣਨੀਤੀ ਦੇ ਵਿੱਚ ਉਹ ਸਾਰੇ ਫੜੇ ਜਾਣਗੇ ਤੇ ਕਰੀਬ ਮੁਖ्तार ਅंसारी ਪੰਜਾਬ ਚ ਲੰਮਾ ਸਮਾਂ ਇੱਥੇ ਪੰਜਾਬ ਚ ਰਹੇ ਹੁਣ ਇਹ ਪੂਰੀ ਜਿਹੜੀ ਰਿਪੋਰਟ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਉਹਨਾਂ ਨੂੰ ਤੱਥ ਮਿਲੇ ਨੇ ਉਹਦੀ ਹੁਣ ਜਾਂਚ ਕਰਵਾਉਣ ਦੇ ਆਦੇਸ਼ ਦੇ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਛੰਡੀ ਦੇ ਦਿੱਤੀ ਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿਭਾਗ ਵੱਲੋਂ ਜਿਹੜੇ ਲਿਆਂਦੇ ਜਿਹੜੇ ਤੱਥ ਸਾਂਭ ਲਿਆਂਦੇ ਨੇ ਮੁੱਢਲੇ ਰੂਪ ਚ ਉਹਨਾਂ ਦੀ ਜਾਂਚ ਕਰਨ ਵਾਸਤੇ ਡੀਜੀਪੀ ਗੌਰਵ ਜਾਦਵ ਨੂੰ ਆਦੇਸ਼ ਕਰ ਦਿੱਤੇ ਨੇ ਹਾਲਾਂਕਿ ਮਸਲਾ ਜੇਲ ਵਿਭਾਗ ਦਾ ਜੇਲ ਪ੍ਰਸ਼ਾਸਨ ਦਾ ਲੇਕਿਨ ਪੰਜਾਬ ਪੁਲਿਸ ਜਿਹੜੀ ਜਾਂਚ ਨਹੀਂ ਕਰ ਸਕਦੀ ਲੇਕਿਨ ਫਿਰ ਵੀ ਜਿਹੇ ਮਸਲਿਆਂ ਦੇ ਵਿੱਚ ਜਿੱਥੇ ਫਰਜੀ ਐਫ ਆਈ ਆਰ ਦਰਜ ਹੋਵੇ ਉਸ ਮਸਲੇ 'ਚ ਪੰਜਾਬ ਪੁਲਿਸ ਵੀ ਜਾਂਚ ਕਰ ਸਕਦੀ ਭਾਵੇਂ ਕਿ ਜਿਹੜਾ ਮਸਲਾ ਇਹ ਰੋਪੜ ਜੇਲ ਦੇ ਨਾਲ ਆ ਹੁਣ ਅਗਰ ਇਹ ਠੋਸ ਤੱਥ ਸਾਹਮਣੇ ਆ ਗਏ ਠੋਸ ਸਬੂਤ ਆ ਗਏ ਤੇ ਲਾਜ਼ਮੀ ਤੌਰ ਤੇ ਉਸ ਸਮੇਂ ਜਿਹੜੇ ਜੇਲ੍ਹ ਵਿਭਾਗ ਦੇ ਅਧਿਕਾਰੀ ਨੇ ਜਾਂ ਪੰਜਾਬ ਪੁਲਿਸ ਦੇ ਅਧਿਕਾਰੀ ਜਾਂ ਜਿਹੜੇ ਉਸ ਸਮੇਂ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਲੀਡਰਸ ਹਨ ਜਿਨ੍ਹਾਂ ਦੀ ਸਿਫਾਰਿਸ਼ ਤੇ ਮਖ्तार ਅंसारी ਨੂੰ ਪੰਜਾਬ ਦੀ ਰੋਪੜ ਜੇਲ੍ਹ 'ਚ ਰੱਖਿਆ ਗਿਆ ਉਹਨਾਂ ਦੇ ਉੱਪਰ ਤਲਵਾਰ ਲਟਕ ਗਈ ਹੈ ਜਿਹੜੇ ਪੰਜਾਬ ਸਰਕਾਰ ਦੇ ਜਾਣਕਾਰ ਦੱਸਦੇ ਨੇ ਕਿ ਇਸ ਮਸਲੇ ਦੇ ਵਿੱਚ ਕਿ ਜਿਹੜੀ ਮੋਡਲੀ ਜਿਹੜੀ ਰਿਪੋਰਟ ਆ ਉਹ ਖੁਦ ਸੂਬੇ ਦੇ ਜਿਹੜੇ ਮੁਖ ਸਕੱਤਰ ਨੇ ਵਿਜੇ ਕੁਮਾਰ ਜੰਝੂਆ ਉਹਨਾਂ ਵੱਲੋਂ ਤਿਆਰ ਕੀਤੀ ਗਈ ਫਿਰ ਉਹਨਾਂ ਨੇ ਰਿਪੋਰਟ ਜਿਹੜੀ ਮੋਢਰੇ ਰੂਪ ਚ ਤਿਆਰ ਕੀਤੀ ਆ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਜਿਸ ਤੇ ਭਗਵੰਤ ਮਾਨ ਨੇ ਹੁਣ ਆਦੇਸ਼ ਜਾਰੀ ਕਰ ਦਿੱਤੇ ਕਿ ਇਹਦੀ ਕੋ ਕਰਕੇ ਮਕਦਮਾ ਵੀ ਦਰਜ ਕੀਤਾ ਜਾ ਸਕਦਾ ਤੇ ਜਿਹੜੇ ਵੀ ਦੋਸ਼ੀ ਨੇ ਕਸੂਰਵਾਰ ਲੋਕ ਨੇ ਚਾਹੇ ਉਹ ਅਧਿਕਾਰੀ ਨੇ ਚਾਹੇ ਸਿਆਸੀ ਲੋਕ ਨੇ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕੀਤਾ ਜਾਵੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਮਖਤਾਰ ਅंसारी ਨੂੰ ਜਿਹੜਾ ਉੱਤਰ ਪ੍ਰਦੇਸ਼ ਵੱਲੋਂ ਕੀਤੇ ਵਿਰੋਧ ਦੇ باوجود ਉਦੋਂ ਮਖਤਾਰ ਅंसारी ਦਾ ਯੂਪੀ ਸਰਕਾਰ ਨੇ ਯੋਗੀ ਦਿੱਤਿਆ ਨਾਲ ਦੀ ਸਰਕਾਰ ਨੇ ਵਿਰੋਧ ਵੀ ਕੀਤਾ ਸੀ ਵਿਰੋਧ ਦੇ باوجود ਕਾਂਗਰਸ ਸਰਕਾਰ ਵੱਲੋਂ ਰੋਪੜ ਚ ਉਹਨਾਂ ਨੂੰ ਲਿਆਂਦਾ ਗਿਆ ਇਹ ਵੀ ਚਰਚਾ ਹੈ ਕਿ ਜਿਹੜੇ ਮਖਤਾਰ ਅंसारी ਦਾ ਜਿਹੜਾ ਲੜਕਾ ਉਹ ਕਾਫੀ ਇੰਟਰਨੈਸ਼ਨਲ ਸ਼ੂਟਰ ਆ ਤੇ ਕਿਸੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਕੋਈ ਕਾਂਗਰਸੀ ਲੀਡਰ ਉਹਨੂੰ ਵੀ ਕਾਫੀ ਹਥਿਆਰਾਂ ਦਾ ਸ਼ੌਂਕ ਹੈ ਜਿਹੜੇ ਰਾਈਫਲ ਸ਼ੂਟਰ ਹੁੰਦੇ ਨੇ ਉਹਨਾਂ ਦੇ ਨਾਲ ਸਾਂਝਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਮਖ्तार ਅंसारी ਆ ਯੂਪੀ ਦਾ ਇੱਕ ਬਹੁਤ ਬਾਹੂਬਲੀ ਆ ਗੈਂਗਸਟਰ ਆ ਕਾਂਗਰਸ ਦੇ ਨਾਲ ਵੀ ਉੱਥੇ ਉਹਨਾਂ ਦੇ ਚੰਗੇ ਸਬੰਧ ਹੈ ਸ਼ਾਇਦ ਉਹਨਾਂ ਦੇ ਲੋਕਾਂ ਦੀ ਸ਼ਿਫਾਰਿਸ਼ ਤੇ ਲਿਆਂਦਾ ਹੋਊਗਾ ਪਰ ਜੋ ਵੀ ਕੁਝ ਉਹਨੂੰ ਫਾਈਲਾਂ ਤੇ ਦਰਜ ਹੋਇਆ ਹੋਊਗਾ ਕਿਹਦੇ ਸਿਗਨੇਚਰ ਹੋਏ ਨੇ ਕਿਹਦੀ ਸ਼ਿਫਾਰਿਸ਼ ਹੋਈ ਆ ਕਿਹੜੇ ਪੁਲਿਸ ਵਾਲੇ ਦੀ ਇਨਵੋਲਵਮੈਂਟ ਆ ਕਿਹੜੇ ਜੇਲ੍ਹ ਪ੍ਰਸ਼ਾਸਨ ਦੀ ਇਨਵੋਲਵਮੈਂਟ ਆ ਉਹ ਸਾਰੇ ਹੁਣ ਸਰਕਾਰ ਦੇ ਰਡਾਰ ਤੇ ਆ ਚੁੱਕੇ ਨੇ ਹੁਣ ਸਭ ਤੋਂ ਪਹਿਲਾਂ ਇਹ ਜਿਹੜਾ ਮਸਲਾ ਹੈ ਕਿ ਜਦੋਂ ਅंसारी ਨੂੰ ਵਾਪਸ ਯੂਪੀ ਸਰਕਾਰ ਲੈਣਾ ਚਾਹੁੰਦੀ ਸੀ ਉਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੁਪਰੀਮ ਕੋਰਟ 'ਚ ਵਾਰ-ਵਾਰ ਕੇਸ ਲੱਗਿਆ ਔਰ ਰੂਪਨਗਰ ਜਿਹੜੀ ਜੇਲ੍ਹ ਦੇ ਵਿੱਚ ਕਰੀਬ 2 ਸਾਲ 3 ਮਹੀਨੇ ਜੇਲ੍ਹ ਦੇ ਵਿੱਚ ਮੁਖ्तार ਅंसारी ਇੱਕ ਉਹਨੂੰ ਵੀਆਈਪੀ ਟ੍ਰੀਟਮੈਂਟ ਦੇ ਤੌਰ ਤੇ ਰੱਖਿਆ ਗਿਆ ਉਹਦਾ ਆਪਣਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਜੀਵਨ ਸਾਥਣਾ ਉਹ ਵੀ ਜੇਲ੍ਹ ਦੇ ਵਿੱਚ ਆਂਦੇ ਰਹੇ ਨੇ ਹਾਲਾਂਕਿ ਜੇਲ੍ਹ ਦੇ ਵਿੱਚ ਉਹ ਨਹੀਂ ਰਹਿ ਸਕਦੇ ਲੇਕਿਨ ਕਈ ਜਿਹੜੇ ਜੇਲ੍ਹ ਵਿਭਾਗ ਦੇ ਅਧਿਕਾਰੀ ਹੁੰਦੇ ਨੇ ਜਿਹੜੇ ਜੇਲ੍ਹ ਦੇ ਵਿੱਚ ਤਨਾਤ ਹੁੰਦੇ ਉਹਨਾਂ ਦੀ ਇੱਕ ਵੱਖਰੇ ਕਮਰੇ ਹੁੰਦੇ ਨੇ ਰਿਆਸ਼ ਹੁੰਦੀ ਆ ਇਹ ਵੀ ਚਰਚਾ ਖਬਰਾਂ ਛਪੀਆਂ ਨੇ ਕਿ ਉਹ ਆਪਣੀ ਧਰਮ ਪਤਨੀ ਦੇ ਨਾਲ ਜੇਲ੍ਹ ਦੇ ਵਿੱਚ ਜਿਹੜੇ ਅਧਿਕਾਰੀਆਂ ਦੇ ਕਮਰੇ ਬਣੇ ਹੁੰਦੇ ਉੱਥੇ ਰਿਆ ਇਹ ਵੀ ਹੁਣ ਇੱਕ ਜਾਂਚ ਦਾ ਵਿਸ਼ਾ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਵੀ ਦੋਸ਼ ਲਗਾਏ ਸੀ ਆਮ ਆਦੀ ਪਾਰਟੀ ਨੇ ਵੀ ਦੋਸ਼ ਲਗਾਏ ਸੀ ਕਿ ਜਿਹੜਾ ਮੁਖ्तार अंसारी ਹੈ ਇਹ ਜਿਹੜੀ ਕਾਂਗਰਸ ਹਾਈ ਕਮਾਂਡ ਦੇ ਪ੍ਰਭਾਵਸ਼ਾਲੀ ਲੋਕ ਉਹਨਾਂ ਦੀ ਸਿਫਾਰਿਸ਼ ਤੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੇ ਮੁਖ्तार अंसारी ਨੂੰ ਉੱਤਰ ਪ੍ਰਦੇਸ਼ ਤੋਂ ਲਿਆ ਕੇ ਪੰਜਾਬ 'ਚ ਰੱਖਿਆ ਗਿਆ ਸੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਹੀ ਰਵੇ ਮੁਖ्तार अंसारी ਦਰਗੇ ਸੀ ਕਿ یو پی ਨਹੀਂ ਜਾਣਾ ਚਾਹੁੰਦੇ ਸੀ ਉਸ ਵਾਸਤੇ ਫਿਰ ਪੰਜਾਬ ਸਰਕਾਰ ਨੇ ਮਹਿੰਗੇ ਵਕੀਲ ਵੀ ਕੀਤੇ ਮਹਿੰਗੇ ਵਕੀਲ ਜਦੋਂ ਕਰਨੇ ਪੈਂਦੇ ਕੇ ਸੁਪਰੀਮ ਕੋਰਟ 'ਚ ਲੜਨਾ ਪੈਂਦਾ ਤੇ ਸੁਪਰੀਮ ਕੋਰਟ 'ਚ ਵਕੀਲ ਲੜਨ ਵਾਲੇ ਜਿਹੜੇ ਕ੍ਰਿਮਨਲ ਕੇਸਾਂ ਦੇ ਮਾਹਿਰ ਵਕੀਲ ਨੇ ਉਹ ਘੱਟੋ ਘੱਟ 15 ਤੋਂ 20 ਲੱਖ ਰੁਪਇਆ ਫੀਸ ਲੈਂਦੇ ਕਈਆਂ ਦੀ 25 ਲੱਖ ਵੀ ਆ ਤੇ 55 ਲੱਖ ਰੁਪਇਆ ਸਰਕਾਰ ਨੇ ਪੰਜਾਬ ਸਰਕਾਰ ਨੇ ਉਹਨਾਂ ਵਕੀਲਾਂ ਨੂੰ ਦਿੱਤੇ ਇਹ ਵੀ ਹਰਜੋਤ ਸਿੰਘ ਬੈਂਸ ਹੋਣਾ ਜਿਹੜੇ ਮੌਜੂਦਾ ਜੇਲ੍ਹ ਮੰਤਰੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਖਲਾਸਾ ਕੀਤਾ ਸੀ ਔਰ ਉਸ ਸਮੇ ਇਹ ਵੀ ਜਿਹੜਾ ਮਸਲਾ ਉੱਠਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਇਹ ਕਿਹਾ ਸੀ ਕਿ ਕੀ ਉਹਦੀ ਪਤਨੀ ਜੇਲ੍ਹ ਦੇ ਵਿੱਚ ਰਹਿੰਦੇ ਆ ਗਨੇ ਕਿਉਂਕਿ ਜੇਲ੍ਹ ਦਾ ਦਾਇਰਾ ਵੱਖਰਾ ਜੇਲ੍ਹ ਪ੍ਰੀਮਿਸ ਦਾ ਦਾਇਰਾ ਵੱਖਰਾ ਹੈ ਉਸ ਸਮੇ ਭਾਵੇਂ ਹਰਜੋਤ ਸਿੰਘ ਬੈਂਸ ਖੁੱਲ ਕੇ ਨਹੀਂ ਬੋਲ ਪਏ ਲੇਕਿਨ ਹੁਣ ਇਹ ਪਤਾ ਲੱਗਾ ਕਿ ਉਹਨਾਂ ਦੀ ਜਿਹੜੀ ਜੀਵਨ ਸਾਥਣ ਉਹ ਜਿਹੜੇ ਅਧਿਕਾਰੀਆਂ ਦੇ ਕਮਰੇ ਚ ਆ ਕੇ ਰਹਿੰਦੇ ਰਹੀ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਬਣ ਚੁੱਕਾ ਹੈ ਲੇਕਿਨ ਹੁਣ ਇਸ ਮਸਲੇ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਕਿਵੇਂ ਇੱਕ ਫਰਜੀ ਕੇਸ ਤਿਆਰ ਕੀਤਾ ਗਿਆ ਕਿ ਗੁਰਜੋਤ ਸਿੰਘ ਬੈਂਸ ਨੇ ਖੁਦ ਖਲਾਸਾ ਕੀਤਾ ਕਿਵੇਂ ਉਹਨਾਂ ਨੂੰ ਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ ਇਹ ਵੀ ਉਹਨਾਂ ਨੇ ਖਲਾਸਾ ਕੀਤਾ ਸੀ ਔਰ ਇਹ ਵੀ ਪਤਾ ਲੱਗਾਗਾ ਕਿ ਜੇਲ ਵਿਭਾਗ ਜਿਹੜੀ ਰਿਪੋਰਟ ਇਨੀਸ਼ੀਅਲੀ ਮਿਲੀ ਹੈਗੀ ਆ ਉਹਦੇ ਚੇ ਜ਼ਿਕਰ ਕੀਤਾਗਾ ਕਿ ਰੋਪੜ ਜੇਲ੍ਹ 'ਚ ਜਿਹੜੀ ਉਹਨਾਂ ਦੀ ਜਿਹੜੀ ਅਨਸਾਰੀ ਦੀ ਪਤਨੀ ਆ ਉਹ ਆਪਣੇ ਪਤੀ ਨਾਲ ਰਹਿੰਦੀ ਰਹੀ ਆ ਤੇ ਇੱਕ ਅਪਰਾਧੀ ਨੂੰ 5 ਫਾਈਵ ਸਟਾਰ ਜਿੱਤਾ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਉਹਦਾਂ ਦੀਆਂ ਦਿੱਤੀਆਂ ਗਈਆਂ ਨੇ ਇਹ ਹੁਣ ਜਾਂਚ ਦਾ ਵਿਸ਼ਾ ਪਰ ਕੁੱਲ ਮਿਲਾ ਕੇ ਜਿਹੜੇ ਇਦਾਂ ਦੇ ਜਿਹੜੇ ਗੈਂਗਸਟਰ ਨੇ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਂਦੇ ਨੇ ਕਿਵੇਂ ਰਹਿੰਦੇ ਨੇ ਕਿੰਨਾਂ ਦੀ ਸ਼ਪਾਰਸ਼ਾਂ ਦੇ ਰਹਿੰਦੇ ਹਨ ਇਹਦੇ ਚ ਕੋਈ ਲੁਕੀ ਸ਼ੁਪੀ ਗੱਲਾਂ ਕਿ ਇਹਨਾਂ ਲੋਕਾਂ ਦਾ ਸਿਆਸੀ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਦਾ ਨਪਾਕ ਗੱਠ ਜੋੜਾ ਇੰਨਾ ਜਿਹੜੇ ਗੈਂਗਸਟਰ ਹੁੰਦੇ ਨੇ ਬਦਮਾਸ਼ ਹੁੰਦੇ ਇਹਨਾਂ ਦੀਆਂ ਜਿਹੜੀਆਂ ਯਾਰੀਆਂ ਆ ਪੁਲਿਸ ਵਾਲਿਆਂ ਦੇ ਨਾਲ ਵੀ ਹੁੰਦੀਆਂ ਇਹਨਾਂ ਦੀਆਂ ਜਿਹੜੀਆਂ ਯਾਰੀਆਂ ਉਹ ਸਿਆਸੀ ਲੀਡਰਾਂ ਦੇ ਨਾਲ ਵੀ ਹੁੰਦੀਆਂ ਨੇ ਇਸ ਕਰਕੇ ਇੱਕ ਜੇ ਸੂਬੇ ਤੋਂ ਦੇ ਸੂਬੇ ਵਿੱਚ ਜਾਂਦੇ ਰਹਿੰਦੇ ਨੇ ਜਿਵੇਂ ਮਖ्तार ਅंसारी ਆ ਇਹ ਪੰਜਾਬ ਚ ਆ ਗਿਆ ਔਰ ਇਹ ਵੀ ਜ਼ਿਕਰ ਆ ਕਿ ਹੋਰ ਵੀ ਜਿਸ ਤਰ੍ਹਾਂ ਤਾਜੀ ਜਿਹੜੀ ਐਗਜ਼ਾਮਪਲ ਆ ਕੇ ਜਿਹੜਾ ਜੇਲ੍ਹ ਨਾਲ ਤੇ ਇਲਜ਼ਾਮ ਲੱਗੇ ਨੇ ਪੰਜਾਬ ਚ ਉਹਨਾਂ ਨੂੰ ਲਿਆਂਦਾ ਗਿਆ ਜਿਹੜੇ ਲਾਰਸ ਬਸ਼ਨੋਈਆ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਉਹ ਵੀ ਕਿਵੇਂ ਰਾਜਸਥਾਨ ਤੋਂ ਉਹਨਾਂ ਨੂੰ ਧਿਆੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਔਰ ਇਹ ਵੀ ਜਿਵੇਂ ਜਿਹੜਾ ਪੰਜਾਬ ਦਾ ਇੱਕ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਉਹਨੂੰ ਬਠਿੰਡੇ ਤੋਂ ਧਿਆੜ ਜੇਲ੍ਹ 'ਚ ਰੱਖਿਆ ਗਿਆ ਔਰ ਇਸ ਤੋਂ ਪਹਿਲਾਂ ਵੀ ਐਗਜ਼ਾਮਪਲ ਮਿਲਦੇ ਕਿ ਹੋਰ ਵੀ ਜਿਹੜੇ ਬਦਮਾਸ਼ ਨੇ ਗੈਂਗਸਟਰ ਨੇ ਉਹ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਜਾਂਦੇ ਰਹੇ ਜ ਇੱਕ ਡਿੰਪੀ ਭਾਣ ਵੀ ਇੱਕ ਪੰਜਾਬ ਦਾ ਇੱਕ ਨਾਮੀ ਗੈਂਗਸਟਰ ਰਹੇ ਨੇ ਉਹ ਵੀ ਬੰਗਲੌਰ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਪੰਜਾਬ 'ਚ ਇੱਕ ਮਕਦਮਾ ਦਰਜ ਕੀਤਾ ਗਿਆ ਲੰਬੀ 'ਚ ਫਿਰ ਹਰਿਆਣਾ 'ਚ ਕੀਤਾ ਗਿਆ ਮਕਦਮਾ ਦਰਜ ਤੇ ਕੁੱਲ ਮਿਲਾ ਕੇ ਜਿਹੜੇ ਇਦਾਂ ਦੇ ਜਿਹੜੇ ਗੈਂਗਸਟਰ ਨੇ ਉਹਨਾਂ ਦੀਆਂ ਸਰਕਾਰਾਂ ਦੇ ਨਾਲ ਵੀ ਸਾਂਝਾ ਹੁੰਦੀਆਂ ਨੇ ਪੁਲਿਸ ਵਾਲਿਆਂ ਦੇ ਨਾਲ ਵੀ ਸਾਂਝਾ ਹੁੰਦੀਆਂ ਸਿਆਸੀ ਲੀਡਰਾਂ ਦੇ ਨਾਲ ਵੀ ਸਾਂਝਾ ਹੁੰਦੀਆਂ ਨੇ ਤੇ ਇਸ ਕਰਕੇ ਉਹ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ 'ਚ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਉਹਨਾਂ ਦਾ ਆਉਣਾ ਜਾਣ ਰਹਿਦਾ ਤੇ ਫਿਰ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਦਿੱਤੀ ਜਾਂਦੀ ਆ ਕਿ ਜਿਵੇਂ ਉਹ ਇੱਕ ਸਿਆਸੀ ਲੀਡਰ ਜਾਂ ਮੰਤਰੀ ਦੇ ਤੌਰ ਤੇ ਜੇਲ੍ਹ ਵਿੱਚ ਰਹਿ ਰਹੇ ਹੋਣ ਹੁਣ ਇਹ ਜਿਹੜਾ ਮਸਲਾ ਮਖ्तार ਅंसारी ਵਾਲਾ ਕਾਫੀ ਸਰਗਰਮ ਹੋ ਚੁੱਕਾ ਔਰ ਇਸ ਮਸਲੇ ਜੁ ਹੁਣ ਖੁਦ ਇਸ ਮਸਲੇ ਦੀ ਜਿਹੜੀ ਪੜਤਾਲ ਪਹਿਲਾਂ ਬੁੱਢਲੀ ਪੜਤਾਲ ਸੂਬੇ ਦੇ ਮੁਖ ਸਕੱਤਰ ਵਿਜੇ ਕੁਮਾਰ ਜੰਧੂਆ ਨੇ ਕੀਤੀ ਆ ਹੁਣ ਇਸ ਮਸਲੇ ਦੀ ਜਿਹੜੀ ਮੁੱਖ ਪੜਤਾਲ ਜਿਹੜੀ ਹੁਣ ਜਿਹੜੇ ਅੱਗੇ ਜਿਹੜੀ ਅਗਲੇਰੀ ਕਾਰਵਾਈ ਹੋਣੀ ਹੈ ਅਗਲੇਰੀ ਇਨਵੈਸਟੀਗੇਸ਼ਨ ਹੋਣੀ ਹੈ ਜਾਂਚ ਹੋਣੀ ਹੈ ਉਹ ਖੁਦ ਗੌਰਵ ਜਾਦਵ ਸੂਬੇ ਦੇ ਡੀਜੀਪੀ ਕਰਨਗੇ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮਸਲੇ ਦੇ ਵਿੱਚ ਜੇਲ ਵਿਭਾਗ ਪੁਲਿਸ ਦੇ ਅਧਿਕਾਰੀ ਉਸ ਸਮੇਂ ਦੇ ਜਿਹੜੇ ਕਾਂਗਰਸੀ ਲੀਡਰ ਨੇ ਜਿਨ੍ਹਾਂ ਦੀ ਮਿਲੀ ਭੁਗਤ ਦੇ ਨਾਲ ਮਕਤਾਰ ਅंसारी ਕਰੀਬ 2.5 ਸਾਲ ਪੰਜਾਬ ਚ ਰਿਹਾ ਫਿਰ ਇੱਕ ਮਹਾਲੀ ਚ ਇੱਕ ਬਿਲਡਰ ਦੀ ਸ਼ਿਕਾਇਤ ਤੇ ਮਕਦਮਾ ਦਰਜ ਕੀਤਾ ਗਿਆ ਉਹ ਗਰਾਊਂਡ ਬਣਾਈ ਗਈ ਉਸ ਗਰਾਊਂਡ ਤੇ ਮਖ्तार ਅंसारी ਨੂੰ ਯੂਪੀ ਚੋਂ ਪੰਜਾਬ ਲਿਆਂਦਾ ਗਿਆ ਉਹਦੀ ਸੇਵਾ ਕੀਤੀ ਗਈ ਤੇ ਉਲਟਾ ਉਹਨੂੰ ਪੰਜਾਬ ਚ ਹੀ ਰੱਖਣ ਵਾਸਤੇ ਸੁਪਰੀਮ ਕੋਰਟ ਤੇ ਉੱਤਰ ਪ੍ਰਦੇਸ਼ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਨੇ ਲੜਾਈ ਲੜੀ ਤੇ 55 ਲੱਖ ਰੁਪਏ ਪੰਜਾਬ ਦੇ ਖਜ਼ਾਨੇ ਚ ਵਕੀਲਾਂ ਨੂੰ ਦਿੱਤੇ ਗਏ ਮਸਲਾ ਵਾਕਈ ਗੰਭੀਰ ਆ ਚਿੰਤਾ ਵਾਲਾ ਤੇ ਲਾਜ਼ਮੀ ਤੌਰ ਤੇ ਜਿਹੜੀ ਇਸ ਮਸਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਜੋ ਵੀ ਪੁਲਸ ਵਾਲੇ ਜਾਂ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੀ ਇਹ ਮੱਲੀ ਭੁਗਤ ਰਹੀ ਆ ਜਿਨ੍ਹਾਂ ਦੀ ਰਿਸ਼ਤੇ ਰਹੇ ਨੇ ਲਾਜ਼ਮੀ ਤੌਰ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿ ਅੱਗੇ ਤੋਂ ਅਜਿਹੀ ਕਾਰਵਾਈ ਨਹੀਂ ਹੋਵੇ ਕਾਨੂੰਨ ਤੋੜ ਕੇ ਫਿਰ ਕਾਨੂੰਨ ਦੇ ਰਖਵਾਲੇ ਨਹੀਂ ਬਣੇ ਜਾ ਸਕਦੇਗੇ ਇੱਕ ਗੈਂਗਸਟਰ ਨੂੰ ਦੂਜੇ ਸੂਬੇ ਦੇ ਗੈਂਗਸਟਰ ਜਿੱਥੇ ਉਹ ਲੜਿੰਦਾ ਹੋਵੇ ਉਹਨੂੰ ਇੱਕ ਫਰਜੀ ਕੇਸ ਦਰਜ ਕਰਕੇ ਰੋਪੜ ਚ ਰੱਖਿਆ ਗਿਆ ਇਹ ਵੀ ਆਪਣੇ ਆਪ ਚ ਇੱਕ ਜੁਰਮ ਆ ਤੇ ਜਿਨ੍ਹਾਂ ਨੇ ਜੁਰਮ ਕੀਤਾ ਵਰਦੀ ਵਰਦੀ ਚ ਰਹਿ ਕੇ ਜੁਰਮ ਕੀਤਾ ਸੰਵਿਧਾਨ ਦੀ ਸੌਂ ਖਾ ਕੇ ਜਿਨ੍ਹਾਂ ਨੇ ਜੁਰਮ ਕੀਤਾਗਾ ਉਹ ਤੇ ਕਦੇ ਵੀ ਮਾਫ ਨਹੀਂ ਕੀਤੇ ਜਾ ਸਕਦੇ ਦੇਖਦੇ ਆ ਗੌਰਵ ਜაძੂ ਸਾਹਿਬ ਰਿਪੋਰਟ ਕੱਦ ਤੱਕ ਤਿਆਰ ਕਰਦੇ ਨੇ ਤੇ ਫਿਰ ਉਸ ਮਸਲੇ ਤੇ ਭਗਵੰਤ ਮਾਨ ਸਾਹਿਬ ਕਿਨਾਂ ਨੂੰ ਫੜ ਫੜ ਕੇ ਜਿਲ੍ਹਾ ਚ ਸੁਟਦੇ ਨੇ ਤੇ ਕੀ ਜਿਨ੍ਹਾਂ ਜੇਲਾਂ ਦੇ ਵਿੱਚ ਮੁਖਤਾਰ ਅंसारी ਰਿਆ ਤੇ ਮੁਖਤਾਰ ਅंसारी ਨੂੰ ਜਿਨ੍ਹਾਂ ਨੇ ਜੇਲ੍ਹ ਚ ਰੱਖਿਆ ਕੀ ਉਹ ਉਸੇ ਜੇਲ੍ਹ ਚ ਫਿਰ ਰਾਤਾਂ ਕੱਟਣਗੇ ਬਾਬਾ ਬੋਬੋ ਸ਼ੁਕਰੀਆ ਸਿੱਧਰੰਦ ਦੇਦਰੋ এবিসি ਪੰਜਾਬ ਧੰਨਵਾਦ